ਸ਼ਾਸਤਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੀ ਹਾਂ ਜੀ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਲੈ ਕੇ। ਗੱਲ ਕਰਾਂਗੇ ਜੀ ਪੰਜਾਬ ਸ਼ਾਮ ਦੀਆਂ ਤਾਜ਼ਾ ਤਰੀਨ ਵੱਡੀਆਂ ਤੇ ਅਹਿਮ ਖਬਰਾਂ ਦੇ ਵਿਸ਼ੇਸ਼ ਬੁਲੇਟਿਨ ਬਾਰੇ। ਪਰ ਸਭ ਤੋਂ ਪਹਿਲਾਂ ਚੈਨਲ ਸਟੱਡੀਅਨ ਜੋਬਲਰਸ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੀਆਂ। ਪਹਿਲੀ ਵੱਡੀ ਖਬਰ ਦੋਸਤੋ, ਬੱਚਿਆਂ ਦੇ ਨਾਲ ਨਾਲ ਨੌਕਰੀ ਪੇਸ਼ਾ ਲੋਕਾਂ ਦੀ ਲੱਗੀ ਮੌਜ, ਇਸ ਵਾਰ ਹੋਣਗੀਆਂ ਇੰਨੀਆਂ ਛੁੱਟੀਆਂ। ਅਗਲੀ ਵੱਡੀ ਖਬਰ ਦੋਸਤੋ, ਬਾਬਾ ਰਾਮਦੇਵ ਪਤੰਜਲੀ ਤੇ ਹੋਵੇਗੀ ਕਾਰਵਾਈ, ਸੁਪਰੀਮ ਕੋਰਟ ਨੇ ਲਗਾਈ ਫਟਕਾਰ। ਅਗਲੀ ਵੱਡੀ ਖਬਰ ਦੋਸਤੋ, ਪੰਜਾਬ ਦੇ ਮੌਸਮ ਦੇ ਨਾਲ ਜੁੜੀ ਹੋਈ ਆ। ਤੁਹਾਨੂੰ ਸਾਰੀ ਖਬਰਾਂ ਬਾਰੇ ਵੀਡੀਓ ਵਿੱਚ ਅੱਗੇ ਪੂਰੀ ਜਾਣਕਾਰੀ ਦਿੰਨੇ ਆ, ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵਧਦੀਆਂ ਪਹਿਲੀ ਵੱਡੀ ਖਬਰ ਦੇ ਵੱਲ। ਪਹਿਲੀ ਵੱਡੀ ਖਬਰ ਦੋਸਤੋ, ਫੈਨਸ ਦਾ ਇੰਤਜ਼ਾਰ ਹੋਇਆ ਖਤਮ, ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦਾ ਗੀਤ 410 ਹੋਇਆ ਰਿਲੀਜ਼। ਜੀ ਹਾਂ ਦੋਸਤੋ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਚੁੱਕੀ ਆ। ਸਿੱਧੂ ਮੂਸੇਵਾਲਾ ਆਪਣੇ ਨਵੇਂ ਗੀਤ ਨਾਲ ਮੁੜ ਤੋਂ ਧੱਕ ਪਾ ਰਿਹਾ ਹੈ। ਅੱਜ ਸਿੱਧੂ ਦਾ 6ਵਾਂ ਗੀਤ 410 ਰਿਲੀਜ਼ ਹੋ ਚੁੱਕਿਆ ਹੈ। ਛੋਟੇ ਸਿੱਧੂ ਦੇ ਆਉਣ ਤੋਂ ਬਾਅਦ ਮੂਸੇਵਾਲਾ ਦਾ ਇਹ ਪਹਿਲਾ ਗੀਤ ਹੈ। ਇਹ ਗੀਤ ਸਿੱਧੂ ਮੂਸੇਵਾਲਾ ਦੇ ਕਰੀਬੀ ਸਨੀ ਮਾਲਟਨ ਦੇ ਨਿੱਜੀ ਪੇਜ ਤੋਂ ਰਿਲੀਜ਼ ਕੀਤਾ ਗਿਆ ਹੈ। ਤੁਹਾਨੂੰ ਦੱਸੀ ਕਿ ਗੀਤ ਰਿਲੀਜ਼ ਹੋਏ ਨੂੰ ਅਜੇ ਲਗਭਗ ਅੱਧਾ ਹੀ ਘੰਟਾ ਹੋਇਆ ਸੀ ਤੇ ਵਿਊਜ਼ 2 ਲੱਖ ਦੇ ਕਰੀਬ ਹੋ ਚੁੱਕੇ ਨੇ। ਵਿਊਜ਼ ਲਗਾਤਾਰ ਵੱਧਦੇ ਜਾ ਰਹੇ ਸੀ, ਕਮੈਂਟ 40 ਤੋਂ 50 ਹਜ਼ਾਰ ਦੇ ਵਿੱਚ ਆ ਚੁੱਕੇ ਸੀ। ਮੌਤ ਤੋਂ ਬਾਅਦ ਸਿੱਧੂ ਮੂਸੇਵਾਲ ਦਾ ਇਹ 6ਵਾਂ ਗੀਤ ਹੈ। ਅਗਲੀ ਵੱਡੀ ਖਬਰ ਦੋਸਤੋ, ਪੰਜਾਬ ਦੇ ਵਿੱਚ ਅਗਲੇ ਦਿਨਾਂ ਵਿੱਚ ਪਵੇਗਾ ਭਾਰੀ ਮੀਂਹ, ਅਲਰਟ ਹੋਇਆ ਜਾਰੀ। ਜੀ ਹਾਂ ਦੋਸਤੋ, ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੂਗੀ। ਅਗਲੇ 5 ਦਿਨਾਂ ਤੱਕ ਸੂਬੇ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਊਗਾ। ਮੌਸਮ ਵਿਭਾਗ ਅਨੁਸਾਰ 13, 14 ਤੇ 15 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਤੂਫਾਨ ਅਤੇ ਹਨੇਰੀ ਦੇ ਨਾਲ ਨਾਲ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਦਰਜ ਕੀਤੀ ਗਈ ਆ। ਜੇਕਰ ਪੰਜਾਬ ਦੇ ਵਿੱਚ 3 ਦਿਨ ਲਗਾਤਾਰ ਮੀਂਹ ਪੈਂਦਾ ਹੈ ਤਾਂ ਕਿਸਾਨਾਂ ਦੀ ਵਾਢੀ ਕੀਤੀ ਕਣਕ ਦੀ ਫਸਲ ਜ਼ਮੀਨ 'ਤੇ ਡਿੱਗ ਜਾਵੇਗੀ, ਜਿਸ ਨਾਲ ਉਹਨਾਂ ਦਾ ਭਾਰੀ ਮਾਲੀ ਨੁਕਸਾਨ ਹੋ ਜਾਵੇਗਾ। ਮੀਂਹ ਨੇ ਇੱਕ ਵਾਰ ਫਿਰ ਕਿਸਾਨਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਨੇ। ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੂਗੀ, ਉੱਥੇ ਹੀ ਅੰਨਦਾਤਾਵਾਂ 'ਤੇ ਕਾਲੇ ਬੱਦਲ ਛਾ ਜਾਣਗੇ। ਤੂਫਾਨ ਦੇ ਨਾਲ ਨਾਲ ਬਿਜਲੀ ਤੋਂ ਵੀ ਚਮਕੇਗੀ। ਇਸ ਤੋਂ ਇਲਾਵਾ 10 ਤੇ 11 ਅਪ੍ਰੈਲ ਨੂੰ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਵਿੱਚ ਵੀ ਮੀਂਹ ਪਵੇਗਾ। ਅਗਲੀ ਵੱਡੀ ਖਬਰ ਦੋਸਤੋ, ਸੋਨੇ ਦੀਆਂ ਕੀਮਤਾਂ ਤੋੜ ਰਹੀਆਂ ਨੇ ਰਿਕਾਰਡ, ਇਸ ਮਹੀਨੇ 6000 ਤੱਕ ਡਿੱਗਣ ਦੀ ਉਮੀਦ। ਜੀ ਹਾਂ ਦੋਸਤੋ, ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਆ। ਅੱਜ ਵੀ ਸੋਨੇ ਦੀਆਂ ਕੀਮਤਾਂ ਵਧੀਆਂ ਨੇ। ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਦੀ ਦਰ ਵੱਧ ਰਹੀ ਆ, ਕਈ ਗਲੋਬਲ ਕਾਰਨਾਂ ਕਰਕੇ ਇਹ ਕੀਮਤਾਂ ਵੱਧ ਰਹੀਆਂ ਨੇ। ਅੱਜ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ 71,600 ਰੁਪਏ ਤੋਂ ਉੱਪਰ ਝੱਲ ਰਹੀ ਹੈ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਸੋਨੇ ਦੀ ਕੀਮਤ ਜਲਦ ਹੀ 75,000 ਰੁਪਏ ਤੱਕ ਜਾ ਸਕਦੀ ਹੈ। ਇਸ ਤੋਂ ਇਲਾਵਾ ਖਬਰਾਂ ਆ ਰਹੀਆਂ ਹਨ ਕਿ ਜੂਨ ਮਹੀਨੇ ਵਿੱਚ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਆ। ਸੋਨਾ ਮੌਜੂਦਾ ਪੱਧਰ ਤੋਂ 6,000 ਰੁਪਏ ਤੋਂ 7,000 ਰੁਪਏ ਤੱਕ ਡਿੱਗ ਸਕਦਾ ਹੈ। ਫੈਡਰਲ ਰਿਜ਼ਰਵ ਦੀ ਬੈਠਕ ਜੂਨ ਮਹੀਨੇ ਵਿੱਚ ਹੋਣ ਜਾ ਰਹੀ ਹੈ। ਅਗਲੀ ਖਬਰ ਦੋਸਤੋ, ਪੰਜਾਬ ਦੇ ਵਿੱਚ ਅੱਜ ਸਰਕਾਰੀ ਛੁੱਟੀ, ਸਰਕਾਰੀ ਸਕੂਲ, ਕਾਲਜ ਅਤੇ ਹੋਰ ਅਦਾਰੇ ਰਹੇ ਬੰਦ। ਜੀ ਹਾਂ ਦੋਸਤੋ, ਪੰਜਾਬ ਦੇ ਵਿੱਚ ਅੱਜ 11 ਅਪ੍ਰੈਲ 2024 ਦਿਨ ਵੀਰਵਾਰ ਨੂੰ ਸਰਕਾਰੀ ਛੁੱਟੀ ਐਲਾਨੀ ਗਈ ਸੀ। ਇਸ ਦਿਨ ਸੂਬੇ ਭਰ ਦੇ ਸਾਰੇ ਸਕੂਲ, ਕਾਲਜ, ਵਿੱਦਿਅਕ ਅਦਾਰੇ ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਦੇਖੀ ਗਈ। ਐਂਡ ਦੋਸਤੋ, ਇਹ ਸਾਰੇ ਹੀ ਬੰਦ ਰਹੇ। ਇਸ ਦਿਨ ਸੂਬੇ ਭਰ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅਗਲੀ ਖਬਰ
ਦੋਸਤੋ ਹੁਣ ਕਸੂਤੇ ਫਸੇ ਬਾਬਾ ਰਾਮਦੇਵ ਸੁਪਰੀਮ ਕੋਰਟ ਦੀ ਫਿਰ ਫਟਕਾਰਿਆ, ਮਾਫ਼ੀ ਨਾ ਮਨਜ਼ੂਰ, ਕਾਰਵਾਈ ਲਈ ਹੋ ਜਾਓ ਤਿਆਰ। ਜੀ ਹਾਂ ਦੋਸਤੋ, ਪਤੰਜਲੀ ਆਯੁਰਵੇਦ ਵੱਲੋਂ ਕਰੋਨਾ ਡਰੱਗ ਕਰੋਨਿਲ ਨੂੰ ਲੈ ਕੇ ਦਿੱਤੇ ਗਏ ਗੁੰਮਰਾਹ ਹੁਣ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਫਿਰ ਤੋਂ ਸਖ਼ਤ ਰੁੱਖ ਦਿਖਾਇਆ। ਅਦਾਲਤ ਨੇ ਇਸ ਮਾਮਲੇ ਦੇ ਵਿੱਚ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਦੀ ਮਾਫ਼ੀ ਨੂੰ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਅੰਨੇ ਨਹੀਂ ਹਾਂ, ਅਸੀਂ ਸਾਰਾ ਕੁਝ ਦੇਖ ਰਹੇ ਹਾਂ ਅਤੇ ਸਮਝ ਰਹੇ ਹਾਂ। ਅਦਾਲਤ ਨੇ ਬਾਬਾ ਰਾਮਦੇਵ ਅਤੇ ਪਤੰਜਲੀ ਦੇ ਮਾਫ਼ੀ ਮੰਗਣ ਵਾਲੇ ਦੂਜੇ ਹਲਫ਼ਨਾਮੇ ਨੂੰ ਰੱਦ ਕਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਮਾਣਹਾਨੀ ਦੀ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ, ਅਸੀਂ ਇਸ ਮਾਫ਼ੀ ਨੂੰ ਰੱਦ ਕਰਦੇ ਹਾਂ। ਇਸ 'ਤੇ ਬਾਬਾ ਰਾਮਦੇਵ ਅਤੇ ਪਤੰਜਲੀ ਦਾ ਪੱਖ ਪੇਸ਼ ਕਰਦੇ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਕੀ ਨੇ ਕਿਹਾ ਕਿ ਸਾਨੂੰ 10 ਦਿਨਾਂ ਦਾ ਸਮਾਂ ਦੇ ਦਿਓ। ਦਰਅਸਲ ਯੋਗ ਗੁਰੂ ਰਾਮਦੇਵ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਮਾਫ਼ੀ ਮੰਗ ਲਈ ਸੀ ਅਤੇ ਅਦਾਲਤ ਵਿੱਚ ਕਿਹਾ ਸੀ ਕਿ ਉਹ ਇਹਨਾਂ ਇਸ਼ਤਿਹਾਰਾਂ 'ਤੇ ਪਾਬੰਦੀ ਲਾਉਣਗੇ। ਇਸ ਤੋਂ ਬਾਅਦ ਵੀ ਇਸ਼ਤਿਹਾਰ ਜਾਰੀ ਰਹੇ, ਜਿਸ 'ਤੇ ਅਦਾਲਤ ਨੇ ਸਖ਼ਤ ਰੁੱਖ ਅਖਤਿਆਰ ਕੀਤਾ। ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਮਾਫ਼ੀ ਕਾਗਜ਼ ਕੇ ਕਿਹਾ ਕਿ ਮਾਫ਼ੀ ਕਾਗਜ਼ 'ਤੇ ਹੈ, ਤੁਸੀਂ ਉਸ ਤੋਂ ਬਾਅਦ ਚੀਜ਼ਾਂ ਨੂੰ ਜਾਰੀ ਰੱਖਿਆ, ਅਸੀਂ ਹੁਣ ਤੁਹਾਡੀ ਮਾਫ਼ੀ ਨੂੰ ਰੱਦ ਕਰਦੇ ਹਾਂ ਅਤੇ ਅਗਲੀ ਕਾਰਵਾਈ ਲਈ ਤਿਆਰ ਰਹੋ। ਤੋਂ ਸਿਰਫ 4 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਚੱਲੇਗੀ ਤੁਹਾਡੀ ਕਾਰ। ਰਿਲਾਇੰਸ ਅਤੇ LT ਨੇ ਮਿਲ ਕੇ ਬਣਾਇਆ ਇਹ ਪਲਾਨ। ਜੀ ਹਾਂ ਦੋਸਤੋ, ਕਲਪਨਾ ਕਰੋ ਕਿ ਭਾਰਤ ਵਿੱਚ ਹੀ ਤੁਹਾਨੂੰ ਅਜਿਹਾ ਫਿਊਲ ਮਿਲਣ ਲੱਗੇ ਜਿਸ ਨਾਲ ਤੁਹਾਡੇ ਕਾਰ ਚਲਾਉਣ ਦੀ ਕੀਮਤ ਸਿਰਫ 4 ਰੁਪਏ ਪ੍ਰਤੀ ਕਿਲੋਮੀਟਰ ਤੱਕ ਲੈ ਜਾਵੇ। ਤਾਂ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਇਸ ਦੇ ਪੂਰੇ ਇੰਤਜ਼ਾਮ ਕਰ ਲਏ ਨੇ। ਰਿਲਾਇੰਸ ਇੰਡਸਟਰੀਜ਼ ਦੁਨੀਆਂ ਦੀਆਂ ਕਈ ਨਾਮੀ ਕੰਪਨੀ ਦੇ ਨਾਲ ਮਿਲ ਕੇ 1,00,000 ਕਰੋੜ ਰੁਪਏ ਦਾ ਨਿਵੇਸ਼ ਕਰਕੇ ਖੁਦ ਭਾਰਤ ਵਿੱਚ ਅਜਿਹਾ ਈਂਧਨ ਵਿਕਸਿਤ ਕਰਨ ਜਾ ਰਹੀ ਹੈ। ਜੀ ਹਾਂ, ਰਿਲਾਇੰਸ ਇੰਡਸਟਰੀਜ਼ ਆਉਣ ਵਾਲੇ ਸਮੇਂ ਦੇ ਵਿੱਚ ਗੁਜਰਾਤ ਵਿੱਚ ਦੀਨ ਦਿਆਲ ਪੋਰਟ ਅਥਾਰਟੀ ਦੇ ਗ੍ਰੀਨ ਹਾਈਡਰੋਜਨ ਅਤੇ ਗ੍ਰੀਨ ਅਮੋਨੀਆ ਪਲਾਂਟ ਲਗਾਉਣ ਜਾ ਰਹੀ ਆ। ਕੰਪਨੀ ਲਾਰਸਨ ਐਂਡ ਟੂਬਰੋ, ਗ੍ਰੀਨਕੋ ਗਰੁੱਪ ਅਤੇ ਵੈਲਪਸਨ ਨਿਊ ਐਨਰਜੀ ਵਰਗੀਆਂ ਕੰਪਨੀਆਂ ਦੇ ਸਹਿਯੋਗ ਦੇ ਨਾਲ ਇਹਨਾਂ ਪਲਾਂਟਾਂ ਦੀ ਸਥਾਪਨਾ ਕਰੂਗੀ। ਅਗਲੀ ਵੱਡੀ ਖਬਰ ਦੋਸਤੋ, ਜੇਲ੍ਹ ਵਿੱਚ ਵਧਿਆ ਕੇਜਰੀਵਾਲ ਦਾ ਵਜ਼ਨ, ਤਿਹਾੜ ਜ਼ਿਲ੍ਹਾ ਅਧਿਕਾਰੀਆਂ ਨੇ ਸਾਂਝੀ ਕੀਤੀ ਜਾਣਕਾਰੀ। ਜੀ ਹਾਂ ਦੋਸਤੋ, ਤਿਹਾੜ ਜੇਲ੍ਹ ਜਾਣ ਤੋਂ ਬਾਅਦ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਵਜ਼ਨ ਵੱਧ ਗਿਆ ਹੈ। ਇਹ ਜਾਣਕਾਰੀ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਸਾਂਝੀ ਕੀਤੀ ਆ। ਦੱਸ ਦਈਏ ਕਿ ਪਹਿਲਾਂ ਕੇਜਰੀਵਾਲ ਦਾ ਵਜ਼ਨ 65 ਕਿਲੋ ਸੀ ਅਤੇ ਹੁਣ ਉਹਨਾਂ ਦਾ ਵਜ਼ਨ 1 ਕਿਲੋ ਵੱਧ ਕੇ 66 ਕਿਲੋ ਹੋਇਆ ਹੈ। ਤਿਹਾੜ ਜੇਲ੍ਹ ਦੇ ਵਿੱਚ ਬੰਦ ਦਿੱਲੀ ਦੇ ਸੁਪਰੀਮੋ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ BP ਸਵੇਰੇ ਸ਼ਾਮ ਚੈੱਕ ਕੀਤਾ ਜਾਂਦਾ ਹੈ। ਦੱਸ ਦੇ ਕਿ 1 ਅਪ੍ਰੈਲ ਨੂੰ 65 ਕਿਲੋ ਸੀ ਕੇਜਰੀਵਾਲ ਦਾ ਵਜ਼ਨ ਅਤੇ 7 ਅਪ੍ਰੈਲ ਨੂੰ ਵੱਧ ਕੇ 66 ਕਿਲੋ ਵਜ਼ਨ ਹੋ ਗਿਆ ਹੈ। ਅਗਲੀ ਖਬਰ ਆ, ਵੱਡੀ ਖਬਰ ਹੈ ਜੀ, ਨੌਕਰੀ ਪੇਸ਼ਾ ਵਾਲੇ ਧਿਆਨ ਦੇਣ, ਪੂਰਾ ਹਫ਼ਤਾ ਮੌਜਾਂ, 7 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ। ਜੀ ਹਾਂ ਦੋਸਤੋ, ਛੁੱਟੀ ਦੀ ਰਾਹ ਵੇਖ ਰਹੇ ਨੌਕਰੀ ਪੇਸ਼ਾ ਲੋਕਾਂ ਲਈ ਚੰਗੀ ਖਬਰ ਹੈ ਕਿਉਂਕਿ ਹੁਣ ਅੱਗੇ ਲੰਬਾ ਵੀਕਐਂਡ ਆ ਰਿਹਾ ਹੈ। ਆਉਣ ਵਾਲੇ ਹਫ਼ਤੇ ਵਿੱਚ ਲੋਕਾਂ ਨੂੰ ਸਿਰਫ 1 ਕੰਮ ਕਰਨਾ ਹੋਵੇਗਾ ਅਤੇ ਉਹ ਪੂਰਾ ਹਫ਼ਤਾ ਛੁੱਟੀਆਂ ਦਾ ਆਨੰਦ ਲੈ ਸਕਣਗੇ। ਦਰਅਸਲ ਦੋਸਤੋ, ਇਹ ਲੰਮਾ ਵੀਕਐਂਡ 11 ਤੋਂ ਲੈ ਕੇ 17 ਅਪ੍ਰੈਲ ਤੱਕ ਪੈ ਰਿਹਾ ਹੈ। ਇਸ ਦੌਰਾਨ ਕਰੀਬ 5 ਛੁੱਟੀਆਂ ਬਣ ਰਹੀਆਂ ਨੇ। ਜੇਕਰ ਕੋਈ ਮੁਲਾਜ਼ਮ ਸਿਰਫ 2 ਛੁੱਟੀਆਂ ਲੈ ਲੈਂਦਾ ਹੈ ਤਾਂ ਉਸ ਨੂੰ ਹਫ਼ਤੇ ਭਰ ਦਫ਼ਤਰ ਆਉਣ ਦੀ ਲੋੜ ਨਹੀਂ ਪਵੇਗੀ। ਜਾਣਕਾਰੀ ਮੁਤਾਬਕ ਦੇਸ਼ ਅਤੇ ਦੁਨੀਆ ਵਿੱਚ 11 ਅਪ੍ਰੈਲ ਨੂੰ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਸਮੇਂ ਦੌਰਾਨ ਰਾਸ਼ਟਰੀ ਛੁੱਟੀ ਹੁੰਦੀ ਆ, ਹਾਲਾਂਕਿ 12 ਅਪ੍ਰੈਲ ਕੰਮਕਾਜੀ ਦਿਨ ਹੈ। ਇਸੇ ਤਰ੍ਹਾਂ 13 ਅਤੇ 14 ਅਪ੍ਰੈਲ ਨੂੰ ਦੂਸਰਾ ਸ਼ਨੀਵਾਰ ਅਤੇ ਐਤਵਾਰ ਹੈ। ਸੋ ਦੋਸਤੋ, ਇਸੇ ਦੌਰਾਨ ਵੀ ਛੁੱਟੀਆਂ ਰਹਿਣਗੀਆਂ।
ਅੰਬੇਦਕਰ ਜਯੰਤੀ ਵੀ ਐਤਵਾਰ ਨੂੰ ਹੀ ਹੈ। 15 ਅਪ੍ਰੈਲ ਨੂੰ ਹਿਮਾਚਲ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਲਈ ਇੱਥੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਸਰਕਾਰੀ ਦਫ਼ਤਰ 16 ਅਪ੍ਰੈਲ ਮੰਗਲਵਾਰ ਨੂੰ ਖੁੱਲ੍ਹਣਗੇ, ਪਰ 17 ਅਪ੍ਰੈਲ ਨੂੰ ਫਿਰ ਈਦ ਉਲ ਜੁਹਾ ਦੀ ਸਰਕਾਰੀ ਛੁੱਟੀ ਹੈ। ਅਜਿਹੇ ਵਿੱਚ ਜੇਕਰ ਤੁਸੀਂ 12 ਅਤੇ 16 ਅਪ੍ਰੈਲ ਨੂੰ 2 ਦਿਨ ਦੀ ਛੁੱਟੀ ਲੈਂਦੇ ਹੋ ਤਾਂ ਤੁਸੀਂ ਪੂਰੇ ਹਫ਼ਤੇ ਦੀ ਛੁੱਟੀ ਦਾ ਆਨੰਦ ਲੈ ਸਕਦੇ ਹੋ।